ਸੋ ਅੱਗੇ ਵੱਧਦਿਆਂ ਤਾਂ ਹੁਣ ਗੱਲ ਕਰਾਂਗੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਹੋਰਾਂ ਦੀ। ਫੌਜਾ ਸਿੰਘ ਸਰਾਰੀ ਦੀ ਗ੍ਰਿਫਤਾਰੀ ਦੀ ਮੰਗ ਹੁਣ ਨਿਰੰਤਰ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ। ਪੰਜਾਬ ਕਾਂਗਰਸ ਵੱਲੋਂ ਨਵਾਂਸ਼ਹਿਰ ਦੇ ਵਿੱਚ ਅੱਜ ਪ੍ਰਦਰਸ਼ਨ ਕੀਤਾ ਜਾਣਾ, ਖੜਕੜ ਕਲਾਂ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਸਣੇ ਕਈ ਹੋਰ ਵੀ ਆਗੂ ਮੌਜੂਦ ਰਹਿਣਗੇ। ਸੋ ਦੱਸ ਦਈਏ ਕਿ ਫੌਜਾ ਸਿੰਘ ਸਰਾਰੀ ਦੀ ਇੱਕ ਆਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਗੂੰਜਾ ਸੀ ਅਤੇ ਵਿਰੋਧੀਆਂ ਵੱਲੋਂ ਕੈਬਨਿਟ ਮੰਤਰੀ ਦੀ ਗ੍ਰਿਫਤਾਰੀ ਦੀ ਮੰਗ ਵੀ ਉੱਠੀ ਸੀ। ਲੇਕਿਨ ਹੁਣ ਲਗਾਤਾਰ ਇਹ ਮੰਗ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ। ਇਸੇ ਤਹਿਤ ਅੱਜ ਨਵਾਂਸ਼ਹਿਰ ਦੇ ਵਿੱਚ ਪੰਜਾਬ ਕਾਂਗਰਸ ਪ੍ਰਦਰਸ਼ਨ ਕਰੇਗੀ। ਸੋ ਗ੍ਰਿਫਤਾਰੀ ਦੀ ਮੰਗ ਹੁਣ ਤੇਜ਼ ਹੋ ਰਹੀ ਹੈ ਕਿ ਤੁਰੰਤ ਗ੍ਰਿਫਤਾਰੀ ਕੀਤੀ ਜਾਵੇ। ਫੌਜਾ ਸਿੰਘ ਸਰਾਰੀ ਦੀ ਇੱਕ ਆਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਆ ਮੰਤਰੀ ਨੂੰ ਲੈ ਕੇ, ਤਾਂ ਹੁਣ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਸੋ ਦੱਸ ਦਈਏ ਕਿ ਖੜਕੜ ਕਲਾਂ 'ਚ ਧਰਨਾ ਪ੍ਰਦਰਸ਼ਨ ਹੋਏਗਾ ਅੱਜ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਸਣੇ ਕਈ ਹੋਰ ਵੀ ਜਿਹੜੇ ਆਗੂ ਨੇ ਕਾਂਗਰਸ ਦੇ ਉਹ ਮੌਜੂਦ ਰਹਿਣਗੇ ਅਤੇ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਤੁਰੰਤ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਗ੍ਰਿਫਤਾਰੀ ਹੋਏ ਅਤੇ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ। ਸੋ ਹਾਲਾਂਕਿ ਇਹ ਮੁੱਦਾ ਵਿਧਾਨ ਸਭਾ ਦੇ ਵਿੱਚ ਵੀ ਗੂੰਜਿਆ, ਅਤੇ ਨਵਾਂਸ਼ਹਿਰ ਤੋਂ ਸਾਡੇ ਸਹਿਯੋਗੀ ਨਰਿੰਦਰ ਰੱਤੂ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਆ, ਵਧੇਰੇ ਜਾਣਕਾਰੀ ਲੈ ਲੈਂਦੇ ਉਹਨਾਂ ਤੋਂ। ਰੱਤੂ, ਕੀ ਜਾਣਕਾਰੀ ਹੈ ਜੋ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਗ੍ਰਿਫਤਾਰੀ ਦੀ ਮੰਗ ਹੁਣ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਅਤੇ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਹੋਣਾ ਇਸ ਦੇ ਵਿੱਚ ਰਾਜਾ ਵੜਿੰਗ ਸਣੇ ਹੋਰ ਕਿਹੜੇ ਕਿਹੜੇ ਆਗੂ ਪਹੁੰਚ ਰਹੇ ਨੇ? ਜੀ, ਜਿਹੜਾ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਆ ਫੌਜਾ ਸਿੰਘ ਸਰਾਰੀ, ਜਿਹਨਾਂ ਉੱਤੇ ਕਪੜੇਬਾਜ਼ੀ ਦੇ ਦੋਸ਼ ਲੱਗੇ ਨੇ, ਉਹਨਾਂ ਨੂੰ ਲੈ ਕੇ ਜਿਹੜਾ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਉਹਨੂੰ ਲੈ ਕੇ ਅੱਜ ਕਾਂਗਰਸ ਜਿਹੜੇ ਇੱਥੇ ਖੜਕੜ ਕਲਾਂ ਸ਼ਹੀਦ ਭਗਤ ਸਿੰਘ ਦੀ ਧਰਤੀ ਦੇ ਉੱਤੇ ਉਹਨਾਂ ਦੇ ਸਮਾਰਕ ਦੇ ਬਿਲਕੁਲ ਅੱਗੇ ਇੱਕ ਵਿਸ਼ਾਲ ਧਰਨਾ ਦੇਣ ਜਾ ਰਹੀ ਹੈ, ਜਿਹਦੇ ਵਿੱਚ ਜਿਹਦੀ ਅਗਵਾਈ ਆ ਪੰਜਾਬ ਦੇ ਸੂਬਾ ਪ੍ਰਧਾਨ ਕਾਂਗਰਸ ਦੇ ਰਾਜਾ ਅਮਰਿੰਦਰ ਸਿੰਘ ਹੋਣੀ ਉਹ ਕਰਨਗੇ। ਉਸ ਤੋਂ ਇਲਾਵਾ ਜਿਹੜੇ ਜਿੰਨੇ ਵੀ ਸਾਂਸਦ ਨੇ, ਜਿੰਨੇ ਵੀ ਲੋਕ ਸਭਾ ਮੈਂਬਰ ਨੇ, ਚਾਹੇ ਬਿੱਟੂ ਜੀ ਨੇ, ਤਿਵਾੜੀ ਨੇ, ਇਹ ਸਾਰੇ ਇੱਥੇ ਪਹੁੰਚਣਗੇ। ਉਸ ਤੋਂ ਇਲਾਵਾ ਜਿੰਨੇ ਵਿਧਾਇਕ ਨੇ ਔਰ ਜਿੰਨੇ ਕੈਂਡੀਡੇਟ ਜਿਹੜੇ ਸੀਗੇ ਕਾਂਗਰਸ ਦੀ ਪਾਰਟੀ ਦੇ 117 ਦੇ ਖੜੇ ਸੀ, ਚਾਹੇ ਹਾਰੇ ਵੀ ਨੇ, ਉਹ ਸਾਰੇ ਇਸ ਧਰਨੇ ਵਿੱਚ ਸ਼ਾਮਲ ਹੋਣਗੇ। ਅਤੇ ਉਸ ਆਮ ਆਦਮੀ ਪਾਰਟੀ ਦੇ ਖਿਲਾਫ਼, ਕਿਉਂਕਿ ਆਮ ਆਦਮੀ ਪਾਰਟੀ ਨੇ ਇਸੇ ਧਰਤੀ ਤੋਂ ਜੋ 16 ਮਾਰਚ ਨੂੰ ਜਦੋਂ ਸਰਕਾਰ ਬਣਾਈ ਸੀ ਤਾਂ ਮੁੱਖ ਮੰਤਰੀ ਸਾਹਿਬ ਨੇ ਇੱਥੋਂ ਜਿਹੜੀ ਸਹੁੰ ਚੁੱਕੀ ਸੀ ਕਿ ਮੈਂ ਭ੍ਰਿਸ਼ਟਾਚਾਰ ਨੂੰ ਖਤਮ ਕਰਾਂਗਾ ਅਤੇ ਅਪੀਲ ਪਾਵਾਂਗਾ, ਉਸ ਨੂੰ ਲੈ ਕੇ ਇਹ ਟਾਰਗੇਟ ਬਣਾ ਕੇ ਸ਼ਹੀਦ ਭਗਤ ਸਿੰਘ ਦੀ ਜਗ੍ਹਾ ਦੇ ਉੱਤੇ ਜਿਹੜਾ ਧਰਨਾ ਜਿਹੜਾ ਵਿਸ਼ਾਲ ਦਿੱਤਾ ਜਾਵੇਗਾ ਜੀ। ਠੀਕ ਹੈ, ਸ਼ੁਕਰੀਆ ਤੁਹਾਡਾ ਬਹੁਤ ਬਹੁਤ ਤਮਾਮ ਜਾਣਕਾਰੀ ਦੇਣ ਦੇ ਲਈ।